ਸਤਿ ਸ਼੍ਰੀ ਅਕਾਲ ਜੀ ਮੈਂ ਸਰਦੀਪ ਲੈ ਕੇ ਆਈ ਹਾਂ ਤੁਹਾਡੇ ਲਈ ਕਰਮਜੀਤ ਕੌਰ ਸਰਾਜ ਜੀ ਦੀ ਲਿਖੀ ਹੋਈ ਬੜੀ ਹੀ ਖੂਬਸੂਰਤ ਰਚਨਾ ਸਿਆਣੇ ਕਹਿੰਦੇ ਹਨ ਇੱਕ ਚੁੱਪ 100 ਸੁਖ ਪਰ ਕਈ ਵਾਰ ਜ਼ਿਆਦਾ ਧਾਰਨ ਕੀਤੀ ਚੁੱਪ ਵੀ ਇਨਸਾਨ ਨੂੰ ਬੁਜਦਿਲ ਕਮਜ਼ੋਰ ਨਿਰਾਸ਼ਾਵਾਦੀ ਤੇ ਜ਼ੁਲਮ ਸਹੰਦੇ ਰਹਿਣ ਵਾਲੀ ਪ੍ਰਵਿਰਤੀ ਦਾ ਆਦੀ ਬਣਾ ਦਿੰਦੀ ਹੈ ਭਾਰਤ ਵਰਗੇ ਦੇਸ਼ ਵਿੱਚ ਤਾਂ ਉਂਝ ਹੀ ਔਰਤ ਨੂੰ ਬੋਲਣ ਦਾ ਅਧਿਕਾਰ ਨਹੀਂ ਉਸ ਨੂੰ ਤਾਂ ਜਨਮ ਤੋਂ ਲੈ ਕੇ ਮਰਨ ਤੱਕ ਚੁੱਪ ਦੇ ਸਨਨਾਟੇ ਦੀ ਛਾਵੇਂ ਹੀ ਬੈਠਣਾ ਸਿਖਾਇਆ ਜਾਂਦਾ ਹੈ ਅਜੇ ਹੀ ਦਿਲ ਨੂੰ چیرਦੀ ਦਾਸਤਾਨ ਹੈ ਜੀਤੋ ਦੀ ਜਿਸ ਦਾ ਕਸੂਰ ਇੰਨਾ ਸੀ ਕਿ ਉਹ ਗਰੀਬ ਘਰ ਵਿੱਚ ਜਨਮੀ ਸੀ ਜਿਸ ਕਰਕੇ ਮਜਬੂਰਨ ਉਸ ਨੂੰ ਚੁੱਪ ਰਹਿਣਾ ਵਕਤ ਨੇ ਸਿਖਾ ਦਿੱਤਾ ਸੀ ਉਸ ਦੇ ਹਾਨ ਦੀਆਂ ਕੁੜੀਆਂ ਸਕੂਲ ਜਾਂਦੀਆਂ ਪਰ ਉਸ ਨੂੰ ਗਰੀਬੀ ਕਰਕੇ ਆਪਣੇ ਮਾਂ ਨਾਲ ਖੇਤਾਂ ਵਿੱਚ ਕੰਮ ਕਰਵਾਉਣ ਜਾਣਾ ਪੈਂਦਾ ਸੀ ਤਾਂ ਵੀ ਉਸ ਨੇ ਕਦੇ ਆਪਣੇ ਦਿਲ ਦੀ ਆਵਾਜ਼ ਨਾ ਕੱਢੀ ਅਤੇ ਆਪਣੀਆਂ ਖੁਸ਼ੀਆਂ ਅਤੇ ਸਦਰਾਂ ਦੀ ਮਨ ਅੰਦਰ ਚੁੱਪ ਵੱੱਟੀ ਰੱਖੀ ਜੀਤੋ ਹੁਣ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਣ ਲੱਗੀ ਉਸ ਦੀਆਂ ਸਦਰਾਂ ਵੀ ਉਸ ਨਾਲ ਜਵਾਨ ਹੋਣ ਲੱਗੀਆਂ ਉਸ ਨੂੰ ਪਤਾ ਹੀ ਨਾ ਲੱਗਦਾ ਕਦੋਂ ਉਹ ਖਿਆਲਾਂ ਵਿੱਚ ਗੁਵਾਚ ਜਾਂਦੀ ਉਸ ਨੂੰ ਲੱਗਦਾ ਜਿਵੇਂ ਉਹ ਕੋਈ ਰਾਜਕੁਮਾਰੀ ਹੋਵੇ ਤੇ ਇੱਕ ਦਿਨ ਉਸ ਦਾ ਰਾਜਕੁਮਾਰ ਉਸ ਨੂੰ ਲੈਣ ਜ਼ਰੂਰ ਆਵੇਗਾ ਜਵਾਨੀ ਦੇ ਅੱਧ ਵਾਟੇ ਸੁਪਨਿਆਂ ਨਾਲ ਲੁਕਣ ਮਿਟੀ ਖੇਡਦੀ ਪਤਾ ਨਹੀਂ ਰਾਤ ਵੇਲੇ ਕਦੋਂ ਅੱਖ ਲੱਗ ਜਾਂਦੀ ਉਸ ਨੂੰ ਕੀ ਪਤਾ ਸੀ ਚੜਨ ਵਾਲਾ ਕੱਲ ਦਾ ਦਿਨ ਉਸ ਦੀ ਪੂਰੀ ਜ਼ਿੰਦਗੀ ਬਦਲ ਦੇਵੇਗਾ ਅਤੇ ਉਸ ਦੇ ਰਾਜਕੁਮਾਰ ਵਾਲੇ ਸੁਪਨੇ ਜਵਾਨ ਹੋਣ ਤੋਂ ਪਹਿਲਾਂ ਹੀ ਦਮ ਤੋੜ ਦੇਣਗੇ ਕਿਉਂਕਿ ਅੱਜ ਉਸਦੀ ਭੂਆ ਉਸ ਲਈ ਰਿਸ਼ਤਾ ਲੈ ਕੇ ਆਈ ਜੋ ਕਿ ਉਮਰ ਵਜੋਂ ਉਸਦੀ ਬਾਪ ਦੀ ਉਮਰ ਦਾ ਸੀ ਜਿਸ ਦੀ ਪਹਿਲੀ ਘਰ ਵਾਲੀ ਇੱਕ ਕੁੜੀ ਅਤੇ ਇੱਕ ਮੁੰਡਾ ਛੱਡ ਕੇ ਮਰ ਚੁੱਕੀ ਸੀ ਜਦੋਂ ਉਸ ਦੇ ਕੰਨੀ ਇਹ ਖਬਰ ਪਈ ਤਾਂ ਉਹ ਸੁੰਨ ਜੀ ਹੋ ਗਈ ਉਸ ਦਾ ਦਿਮਾਗ ਜਿਵੇਂ ਕੰਮ ਕਰਨਾ ਬੰਦ ਕਰਨੋਂ ਹਟ ਗਿਆ ਉਸ ਦੇ ਹੱਥ ਪੈਰ ਕੰਬਣ ਲੱਗ ਗਏ ਉਹ ਰੱਬ ਨੂੰ ਕੋਸਦੀ ਹੈ ਜੇ ਜਨਮ ਹੀ ਦੇਣਾ ਸੀ ਤਾਂ ਗਰੀਬ ਕਰ ਕਿਉਂ ਦਿੱਤਾ ਇੰਨੇ ਨੂੰ ਚੁੱਲ੍ਹੇ ਤੇ ਰੱਖੀ ਚਾ ਉਬਾਲਾ ਮਾਰਦੀ ਜੀਤੋ ਨੂੰ ਇਸ ਤਰ੍ਹਾਂ ਲੱਗਦੀ ਜਿਵੇਂ ਚਾਹ ਦੀ ਜਗ੍ਹਾ ਉਸ ਦਾ ਦਿਲ ਉਬਾਲਾ ਮਾਰ ਰਿਹਾ ਹੋਵੇ ਤੇ ਕਿਸੇ ਆਪਣੇ ਨੇ ਉਸ ਨੂੰ ਪੱਟੀ ਵਿੱਚ ਝੋਕ ਦਿੱਤਾ ਹੋਵੇ ਉਸ ਦੇ ਕੋਈ ਗਿਲੇ ਸ਼ਿਕਵੇ ਕਰਨ ਦੇ ਸਾਰੇ ਹੱਕ ਹੀ ਖੋਲੇ ਹੋਣ ਬਿਲਕੁਲ ਕਿਸੇ ਅਪਰਾਧੀ ਵਾਂਗ ਜਿਸ ਤੋਂ ਜੇਲ੍ਹ ਦੀ ਦਿਓੜੀ 'ਚ ਪੈਰ ਰੱਖਦੇ ਸਾਰ ਉਸ ਦਾ ਸਭ ਕੁਝ ਜ਼ਬਤ ਕਰ ਲਿਆ ਹੋਵੇ ਮਾਂ ਦੀ ਆਵਾਜ਼ ਉਸ ਦੇ ਖਿਆਲਾਂ ਦੀ ਲੜੀ ਨੂੰ ਤੋੜ ਦਿੰਦੀ ਹੈ ਤੇ ਉਹ ਚਾਹ ਪੁਣ ਕੇ ਗਲਾਸਾਂ ਵਿੱਚ ਪਾ ਸਾਰਿਆਂ ਨੂੰ ਦੇ ਦਿੰਦੀ ਹੈ। ਉਸ ਦੀ ਭੂਆ ਕਹਿੰਦੀ ਹੈ ਕਿ ਤੂੰ ਵੀ ਆ ਜਾ ਸਾਡੇ ਨਾਲ ਬੈਠ ਚਾਹ ਪੀ ਲੈ ਪਰ ਉਹ ਕੋਈ ਜਵਾਬ ਨਾ ਦੇ ਸਕੀ ਕਿਉਂਕਿ ਉਸ ਦੀ ਜੀਵ ਸੁੱਕ ਕੇ ਤਾਲੂਏ ਨਾਲ ਲੱਗ ਚੁੱਕੀ ਸੀ। ਜੀਤੋ ਦਾ ਪਿਓ ਉਸ ਦੀ ਭੂਆ ਨੂੰ ਰਿਸ਼ਤੇਦਾਰੀ ਟੁੱਟਣ ਖੁਣੋਂ ਤੇ ਰਾਹੇ ਵਗਾਹੇ ਭੂਆ ਵੱਲੋਂ ਕੀਤੀ ਜਾਂਦੀ ਮਦਦ ਬਦਲੇ ਜਵਾਬ ਨਾ ਦੇ ਸਕਿਆ। ਬਿਨਾ ਦੇਖੇ ਹੀ ਰਿਸ਼ਤੇ ਲਈ ਹਾਂ ਕਰ ਦਿੰਦਾ ਹੈ ਆਉਣ ਵਾਲੀ ਪੂਰਨ ਮਾਸੀ ਨੂੰ ਵਿਆਹ ਦੀ ਤਰੀਕ ਰੱਖ ਦਿੱਤੀ ਜਾਂਦੀ ਹੈ ਜਿੱਤੋ ਹੁਣ ਅਧਮੋਈ ਹੋਈ ਸਾਰਾ ਦਿਨ ਉਦਾਸ ਜੀ ਹੋ ਚੁੱਪ ਕਰ ਵਕਤ ਵੱਲੋਂ ਕੀਤੇ ਫੈਸਲੇ ਨੂੰ ਸਹਿਣ ਦਾ ਸਾਹ ਇਕੱਠਾ ਕਰਦੀ ਰਹਿੰਦੀ ਹੈ ਹੁਣ ਉਸ ਦੇ ਰਾਜਕੁਮਾਰ ਵਾਲੇ ਸੁਪਨੇ ਵੀ ਦਮ ਘੁੱਟ ਚੁੱਕੇ ਸਨ ਅਕਰਜੀਤੋ ਦੇਵੀ ਉਹ ਦਿਨ ਆ ਗਿਆ ਸੀ ਜਿਸ ਦਿਨ ਉਹ ਕੁੜੀ ਤੇ ਨਿਆਰਾ ਰੂਪ ਤੇ ਖੁਮਾਰੀ ਨਾਲ ਭਰਪੂਰ ਲਿਸ਼ਕਦਾ ਚਿਹਰਾ ਲਾਲ ਜੋੜੇ ਦਗਮਗਾਉਂਦਾ ਚੰਨ ਦੀਆਂ ਰਿਸ਼ਮਾਂ ਨੂੰ ਵੀ maat ਪਾਉਂਦਾ ਹੁੰਦਾ ਸੀ ਪਰ ਲਾਲ ਸੂਟ ਵਿੱਚ ਜੀਤੋ ਉਸ 부ਜੇ ਦੀਵੇ ਵਾਂਗ ਪ੍ਰਤੀਤ ਹੋ ਰਹੀ ਸੀ ਜਿਸ ਦੇ ਚਾਨਣ ਕਰਨ ਤੋਂ ਪਹਿਲਾਂ ਹੀ ਲੋਹ ਵਾਲੀ ਬੱਤੀ ਕਿਸੇ ਨੇ ਖਿੱਚ ਲਈ ਹੋਵੇ ਤੇ ਹੁਣ ਉਸ ਦੀਵੇ ਨੇ ਕਦੇ ਦੁਬਾਰਾ ਜਗਣਾ ਹੀ ਨਾ ਹੋਵੇ ਅੱਜ ਫੇਰ ਜੀਤੋ ਆਪਣੇ ਪਰਿਵਾਰ ਹੱਥੋਂ ਲਿਖੀ ਆਪਣੀ ਤਬਾਹੀ ਨੂੰ ਕਿਸਮਤ ਸਮਝ ਮੁਰਦਾ ਲਾਸ਼ ਵਾਂਗ ਡੋਲੀ ਵਾਲੀ ਕਾਰ ਵਿੱਚ ਬੈਠਦੀ ਹੋਈ ਆਪਣੇ ਮਾਂ-ਬਾਪ ਅਤੇ ਭੂਆ ਨੂੰ ਕਹਿੰਦੀ ਹੈ ਕਿ ਦੇਖ ਲਓ ਅੱਜ ਤੁਹਾਡੀ ਧੀ ਨੇ ਤੁਹਾਡੇ ਵੱਲੋਂ ਹਰ ਪੈਰ ਤੇ ਦਿੱਤੀ ਜਾਂਦੀ ਦੁਨਿਆਵੀ ਸਿੱਖਿਆ ਇੱਕ ਚੁੱਪ ਸੌ ਸੁਖ ਤੇ ਅੱਜ ਮੈਂ ਜ਼ਿੰਦਗੀ ਵਾਰ ਕੇ ਸਦਾ ਲਈ ਸੱਚ ਕਰ ਚੱਲੀ ਹਾਂ ਲੰਬਾ ਸਾਰਾ ਹੌਕਾ ਲੈਂਦੇ ਹੀ ਲਾੜੇ ਦੀਆਂ ਬਾਹਾਂ ਵਿੱਚ ਦਮ ਤੋੜ ਚੁੱਪ ਨੂੰ ਆਪਣੇ ਅੰਦਰ ਸਮਾਸ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੀ ਹੈ ਵਿਆਹ ਵਾਲੇ ਘਰ ਹੁਣ ਸ਼ਹਿਨਾਈ ਦੀ ਜਗ੍ਹਾ ਹੁਣ ਵੈਣਾ ਨੇ ਲੈ ਲਈ ਹੈ ਅਤੇ ਹਮੇਸ਼ਾ ਵਾਂਗ ਤਮਾਸ਼ੀਨ ਪੀੜ ਦੁਰਘਟਨਾ ਵਾਪਰ ਜਾਣ ਤੋਂ ਬਾਅਦ ਜੀਤੋ ਦੇ ਮਾਪੇ ਨੂੰ ਕੋਸਦੀ ਰਹੀ ਹੁੰਦੀ ਹੈ ਕਿ ਕਾਸ਼ ਉਹਨਾਂ ਜੀਤੋ ਦੀ ਚੁੱਪ ਨੂੰ ਸਮਝ ਲਿਆ ਹੁੰਦਾ ਤਾ ਆਜਾ ਪਾਣਾ ਨ ਵਰਤਦਾ ਕਦੋਂ ਬਦਲੇਗੀ ਇਸ ਚੰਦਰੇ ਜਗ ਦੀ ਰੀਤ ਕਦੋਂ ਹੋਵੇਗੀ ਔਰਤ ਦੀ ਇੱਥੇ ਪੁੱਛ ਪਰਤੀਤ ਬਹੁਤ ਖੂਬ ਬਹੁਤ ਹੀ ਖੂਬ ਰਚਨਾ ਕਰਮਜੀਤ ਕੌਰ ਸਰਾਜੀ ਦੀ ਲਿਖੀ ਹੋਈ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਰਚਨਾ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਰਚਨਾ ਪਸੰਦ ਆਈ ਤਾਂ ਤੁਸੀਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਜਾਂ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਬਣੀ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓ ਸਾਰੀਆਂ ਕਹਾਣੀਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਵੇ ਧੰਨਵਾਦ ਜੀ